मम्मी को जाना है कितने मम्मी करे कितने कर करे कितने कर कितने कर कर कितने नहर ते केड़ी नहर ते किड़ी दूरा दूरा करे कौन है मम्मी है पापा भी है ठीक है बीरा है क्या बीरा कितने बीरे है दो जिदे कोलो जी एक आह टी शर्ट मिली है जी जिदे उत्ते सिद्धू मूसेवाले दी फोटो बनी हुई है ना लेके आया है परवाह आह वीर हुनी माता जी हुनी गड्डी वाल नू जांदी आ कहिंदी नहर कोल कित्थे जाना कित्थे कर नहर ते कर चलदे आपां नहर ते आ दराहे दराहे कित्थे दराहे नहर ते नीलो कुट्टा ही तेनू कहिंदे मारिया ही तेनू मारिया ही तेनू कहिंदे कित्थे मारिया कित्थे घरे जाना तरीक 21/8/2022 नूं लापता है इसका दिमागी हस्पताल ठीक नहीं है इसके बारे जो पता लगे तो इन्होंने नंबर से संपर्क करो वाहेगुरु जी का खालसा वाहेगुरु जी की फतेह। हाँ पुत्र मम्मी को जाना है कितने मम्मी करे कितने कर कितने कर कर कितने नहर ते केड़ी नहर ते किड़ी दूरा दूरा करे कौन है मम्मी है पापा भी है ठीक है बीरा है क्या बीरा कितने बीरे है दो है बह जा पुत्र तेरा की नाम है वाहेगुरु जी का खालसा वाहेगुरु जी की फतेह जी। ये बच्ची दे कोलों जी एक आह टी शर्ट मिली है जी जिदे उत्ते सिद्धू मूसेवाले दी फोटो बनी हुई है ना कहिंदी मेरे भतीजे दी है ते इह है मैली है टी शर्ट जिवें वरती हुई हुंदी है किसी ने पाई हुई हुंदी है ना ते इक इहदे कोले 100 रुपया सीगा इक पेन सीगा है ना ते 100 रुपया हुण उहदे कोले आ ਅਸੀਂ ਇੱਕ ਬਾਰਬੀ ਡੋਲ ਦਿੱਤੀ ਹੈ ਇਹਨੂੰ ਇਹਦੇ ਵਿੱਚ ਆ ਪਾ ਲਿਆ ਮੈਂ 500 ਰੁਪਇਆ ਦਿਖਾਉਂਦਾ ਸੀਗਾ ਉਹ ਵੀ ਵਿੱਚ ਪਾ ਲਿਆ ਵਾ ਕਹਿੰਦੀ ਮੈਂ ਮੰਮੀ ਕੋਲੇ ਜਾਣਾ ਇਹ ਅਜਨੌਦ ਪਿੰਡ ਤੋਂ ਲੈ ਕੇ ਆਇਆ ਪਰਿਵਾਰ ਆਹ ਵੀਰ ਹੁਣੀ ਮਾਤਾ ਜੀ ਹੁਣੀ ਗੱਡੀ ਵੱਲ ਨੂੰ ਜਾਂਦੀ ਆ ਕਹਿੰਦੀ ਨਹਿਰ ਕੋਲੇ ਕਿੱਥੇ ਜਾਣਾ ਕਿੱਥੇ ਘਰ ਨਹਿਰ ਤੇ ਘਰ ਚੱਲਦੇ ਆਪਾਂ ਨਹਿਰ ਤੇ ਮੰਮੀ ਕੋਲ ਜਾਣਾ ਮੰਮੀ ਦਾ ਨਾਂ ਕੀ ਆ ਪਾਪਾ ਦਾ ਕੀ ਨਾਂ ਕਿੱਧਰ ਆ ਘਰ ਨਹਿਰ ਤੇ ਆ ਦਰਾਹੇ ਦਰਾਹੇ ਕਿੱਥੇ ਦਰਾਹੇ ਨਹਿਰ ਤੇ ਨੀਲੋ ਕੁੱਟਾ ਹੀ ਤੈਨੂੰ ਕਿਸੇ ਨੇ ਮਾਰਿਆ ਹੀ ਤੈਨੂੰ ਮਾਰਿਆ ਹੀ ਤੈਨੂੰ ਕਿਸੇ ਨੇ ਕਿੱਥੇ ਮਾਰਿਆ ਕਿੱਥੇ ਘਰੇ ਜਾਣਾ ਇਹਦੀ ਜੀ ਆ ਬਾਂਹ ਵੀ ਇੱਥੇ ਰਗੜ ਵੱਜੀ ਹੋਈ ਆ ਦੱਸਦੀ ਸੀ ਕਹਿੰਦੀ ਮੈਨੂੰ ਭਾਈ ਨੇ ਮਾਰਿਆ ਕਿਸੇ ਨੇ ਅੱਖ ਵੀ ਆਹ ਸੁੱਜੀ ਹੋਈ ਆ ਲਾਲ ਹੋਈ ਪਈ ਆ ਹਨਾ ਤੇ ਇਹ ਮਾਤਾ ਜੀ ਨੇ ਅਜਨੌਦ ਤੋਂ ਮਾਤਾ ਜੀ ਤੁਹਾਡਾ ਨਾਮ ਕੀ ਹੈ ਪੂਰਾ ਜਸਵੀਰ ਕੌਰ ਅਜਨੌਦ ਪਿੰਡ ਤੋਂ ਨੇ ਚਾਰ ਇਹ ਵੀਰ ਨੇ ਪੰਜਵੇਂ ਮਾਤਾ ਜੀ ਨੇ ਇਹ ਅਜਨੌਦ ਪਿੰਡ ਦਰਾਹੇ ਦੇ ਕੋਲੇ ਪੈਂਦਾ ਜੀ ਇਹ ਪੈਲ ਤਹਿਸੀਲ ਪੈਂਦੀ ਆ ਲੁਧਿਆਣਾ ਜ਼ਿਲ੍ਹਾ ਪੈਂਦਾ ਉੱਥੋਂ ਇਸ ਬੱਚੀ ਨੂੰ ਲੈ ਕੇ ਆਏ ਨੇ ਅਸੀਂ ਰਾਤ ਵੀਰੇ ਉਹਨਾਂ ਨੂੰ ਆਂਟੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੈਂ ਅਸੀਂ ਹੈ ਨਹੀਂ ਸੀ ਬਾਹਰ ਗਏ ਹੋਏ ਸੀ ਕਿਤੇ ਵੀ ਤੁਸੀਂ ਸਵੇਰੇ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਲੈ ਆਏ ਹੋ ਤਾਂ ਇਹ ਹੁਣ ਪਹੁੰਚੇ ਸਾਡੇ ਕੋਲ ਇਹਨਾਂ ਨੇ ਵੀ ਆਪਣੇ ਵੱਲੋਂ ਯਤਨ ਕੀਤਾ ਇਹਨੂੰ ਪੁੱਛਣ ਦਾ ਇਹਦਾ ਘਰ ਬਾਰ ਲੱਭਣ ਦਾ ਪਰ ਇਹ ਕੁਛ ਵੀ ਦੱਸ ਨਹੀਂ ਪਾ ਰਹੀ ਬੱਚੀ ਆ ਜਿਵੇਂ ਇੱਕ ਬੱਚੇ ਹੁੰਦੇ ਆ ਰੱਬ ਰੂਪੀ ਜਿਨ੍ਹਾਂ ਦਾ ਚਿਹਰਾ ਵੀ ਇੱਕ ਅਲੱਗ ਤਰ੍ਹਾਂ ਦੀ ਬਣਤਰ ਹੁੰਦੀ ਹੈ ਖਾਣਾ ਨਹੀਂ ਗਾ ਤੇ ਉਦਾਂ ਦੇ ਬਣਤਰ ਆ ਚਿਹਰੇ ਦੀ ਹਨਾ ਜਿਹੜੇ ਸਿੱਧੇ ਪੱਧਰੇ ਬੱਚੇ ਹੁੰਦੇ ਆ ਰੱਬ ਰੂਪ ਬੱਚੇ ਹੁੰਦੇ ਆ ਉਦਾਂ ਦਾ ਇਸ ਬੱਚੀ ਦਾ ਚਿਹਰਾ ਮਹਾਂਦਰਾ ਵਾ ਇਹ ਬੱਚੇ ਨੂੰ ਵਿਚਾਰੀ ਨੂੰ ਪਤਾ ਨਹੀਂ ਕਿੱਥੋਂ ਇਹ ਕਿਹੜੇ ਪਿੰਡੋਂ ਕਿੱਦਾਂ ਇਹ ਬਾਹਰ ਆ ਗਈ ਘਰ ਤੋਂ ਇਹ ਬੜੇ ਸੈਂਸਿਟਿਵ ਹੁੰਦੇ ਇਸ ਤਰ੍ਹਾਂ ਦੇ ਬੱਚੇ ਤੇ ਮਾਂ ਬਾਪ ਦੇ ਵੀ ਬੜੇ ਪਿਆਰੇ ਤੇ ਲਾਡਲੇ ਹੁੰਦੇ ਆ ਇਹ ਬੱਚੇ ਜ਼ਿਆਦਾਤਰ ਘਰਾਂ 'ਚ ਅਸੀਂ ਦੇਖਿਆ ਇਸ ਤਰ੍ਹਾਂ ਦੇ ਬੱਚੇ ਰੱਬ ਰੂਪ ਬੱਚੇ ਇਹਨਾਂ ਦੇ ਬਦੌਲਤੀ ਘਰ ਦੇ ਵਿੱਚ ਖੁਸ਼ੀਆਂ ਤੇ ਰੌਣਕਾਂ ਹੁੰਦੀਆਂ ਪਰ ਕਈ ਮਾੜੇ ਕਰਮਾਂ ਵਾਲੇ ਹੁੰਦੇ ਆ ਲੋਕ ਜਿਹੜੇ ਇੱਦਾਂ ਦੇ ਬੱਚਿਆਂ ਨੂੰ ਵੀ ਨਕਾਰ ਦਿੰਦੇ ਨੇ ਆਪਣੇ ਰੱਬ ਨੂੰ ਲੈ ਕੇ ਆਇਓ ਅੰਦਰੋਂ ਰੱਬਦੀਪ ਨੂੰ ਅੱਜ ਇਸ ਬੱਚੀ ਦੀ ਇਸ ਹਾਲਤ ਨੂੰ ਦੇਖ ਕੇ ਰੋਈ ਜਾਂਦੀ ਹੈ ਮੈਂ ਘਰੇ ਜਾਣਾ ਮੰਮੀ ਕੋਲ ਜਾਣਾ ਘਰੇ ਜਾਣਾ ਨਹਿਰ ਕੋਲੇ ਘਰ ਆ ਕਿੱਥੇ ਆ ਨਹਿਰ ਕੋਈ ਪਤਾ ਨਹੀਂ ਕਿਹੜੀ ਨਹਿਰ ਆ ਇਹ ਵੀ ਨਹੀਂ ਪਤਾ ਕੋਈ ਨੰਬਰ ਨਹੀਂ ਪਤਾ ਲਿਖਣਾ ਪੜ੍ਹਨਾ ਵੀ ਨਹੀਂ ਆਉਂਦਾ ਰੋਣਾ ਨਹੀਂ ਗਾ ਮੰਮੀ ਦੀ ਯਾਦ ਆਉਂਦੀ ਆ ਯਾਦ ਆਉਂਦੀ ਮੰਮੀ ਦੀ ਨਾਨੂ ਪਾਪਾ ਦਾ ਨਾ ਪਾਪਾ ਲੈ ਪਾਪਾ ਤੇਰਾ ਹੋ ਤੂੰ ਪਾਪੇ ਦੀ ਕੁੜੀ ਆ ਅੱਛਾ ਚੱਲੀਏ ਪਾਪੇ ਕੋਲੇ ਚਲੋ ਚੱਲੀ ਕਾਹਤੇ ਜਾਣਾ
ਗੱਡੀ ਤੇ ਹੈਂ ਗੱਡੀ ਤੇ ਜਾਣਾ ਠੀਕ ਹੈ ਕਿੱਥੇ ਜਾਣਾ ਕਿੱਥੇ ਘਰ ਨਹਿਰ ਤੇ ਘਰ ਆਇਆ ਪੁੱਤ ਆ ਜਾ ਆਇਆ ਰੋਟੀ ਖਾਈਏ ਹਨੇਰਾ ਹੋ ਗਿਆ ਅੱਛਾ ਫਿਰ ਮੈਂ ਤੈਨੂੰ ਆਇਆ ਰੋਟੀ ਖਾਈ ਆਇਆ ਅੰਦਰ ਚੱਲਦੇ ਆਪਾਂ ਆ ਜਾ ਮੰਮੀ ਕੋਲੇ ਚੱਲਾਂਗੇ ਆਪਾਂ ਮੰਮੀ ਕੋਲੇ ਚੱਲਾਂਗੇ मम्मी को चलांगे आपां अच्छा नहीं हो सकता एदा भी होवे नहर ते कई पिंड आ जी नहर ते किन्ने पिंड आ ना थोड़ा पिंड भी नहर ते पैंदा हो सकता है नहरे नहर आ गई होवे अगों पिछों कितों इहदा नाम भी असीं रख्या सी रबदीप सिंह ते इस तरह के बच्चे आ जी वाकई रब लोक आ क्योंकि इन्हों के दिल के ना नफरत आ ना पाप आ ना कड़त्तन आ ना किसी की ना जैलसी आ सिर्फ तो सिर्फ इन्हों के दिल के एक प्यार आ जिन्हों के घर च बच्चे पैदा होंगे वो घर करमा वाले होंगे तो जेडे इस तरह के बच्चों अपना तो या उन्होंने संभालने तो मुनकर हो जाते जिम्मे रब के माँ बाप ने जो भैन भरावान ने किया ये वो माड़े कर्म वाले होंगे ने लोग बस एक तो अरदास करो इस बच्ची का घर लभ जाए तो एक वीडियो शेयर करो ता जो आप परिवार तक ये अपन तक पहुँच सकी जिथे जाना चाहते जिन्हों लिये तड़फ रही आ बदनी कल भी है मतलब जगदीप भाई का मैसेज चेक करो कौन है जगदीप नहीं जगदीप का मैसेज चेक करो कहते उपर आया जगदीप का वट्सएप खोलो चेक पुत वट्सएप से मैसेज आया हो किसी का आया हूँ देखो जी ए घर तेरा लभ जाना हुणे ही घर लभ जाना तेरा देखना सारे वीर लग गए तेरा घर लभण दूजा कितने नंबर फोन बड़ा वट्सएप वाला फोन कितने दूजा देखी पुत शायद तेरे घरों मैसेज आया हो कोई है ना आप देखिए तेरे पापे को भी फोन है इदा का रैंपी तेरा ना की रैंपी इधर आवाज मारे रिमपी तेरा नाम रिमपी जरूर जी वो तो वीडियो शेयर करो प्लीज है ना इस बच्ची का आप घर लभना वा तड़फ रही अपने माँ बाप न अपने परिवार को पता नहीं कदे अपने तो दूर ही नहीं हुई होनी शायद कदे जिंदगी पहली बारी ही अपने तो दूर हुई हो आही कपड़े पाए हुए थे जो मिली इन्हों है ना खा ला पूड़िया छोले खा ला हाँ उ कुड़ी हुई है कुड़ी की फोटो भेजी है जी किसी ने एक कुड़ी बदनी कलां जिला मोगा की रहने वाली है इसका नाम रैंपी है इसका पिता का नाम गुरमेल सिंह है ऐतवार तरीक 21/8/2022 लापता है इसका दिमागी ठीक नहीं है इसके बारे जो पता लगे तो इन्होंने नंबर से संपर्क करो जी पर कन्न नहीं बिन्ने हुए है ना आ फड़े भी रैंपी चम्मच दे पुत चम्मच दे दाल खान रैंपी आ फोटो कि आ कि फोटो आ कि फोटो है घरे जाना बदनी भी नहर आ उ रहन दो कोई ना दाल ही खानी है ना कल दाल ही खानी है हैलो हैलो हाँ जी बदनी तो बोलते जी हाँ जी वीरे अपने कोई कुड़ी गुमी आ कुड़ी गुम गई थी कोई कुड़ी गुम गई थी तुहाडी ओके लब गई ओ फोटो फोटो नंबर थोड़ा पाया हो बी नहीं नंबर थोड़ा पाया जी ये बदनी तो गुमी है कुड़ी जिला मोगा दी रहने वाली है रैंपी हेलो हां बोल भाई बोल भाई जी हां मैं थोड़ी वॉइस जान कर तुसी YouTube ते आउंदे ने चैनल दे उत्ते मुक्ता से वाले हाँ जी हाँ जी भी तुसी ना इहदी बच्ची दी इहदे परिवार दा नंबर दिओ जी इहते दो नंबर दित्ते आ कि तां थोड़ा दित्ता लाल अक्खरां दे विच नंबर हाँ जी हाँ जी एक होर नंबर दित्ता ओह लग नहीं रिहा है ना ओह नंबर ला दुबारा आपदे फोन तों ला
ਤੁਸੀਂ ਹੁਣ ਆਪਣਾ ਬੋਲਦੇ ਪਏ ਆ ਤੋਂ ਗੁਰਪ੍ਰੀਤ ਬੋਲ ਰਿਹਾ ਵੀਰੇ ਮਨੁੱਖਤਾ ਦੀ ਸੇਵਾ ਤੋਂ ਹਾਂਜੀ ਹਾਂਜੀ ਸਮਝ ਗਿਆ ਮੈਂ ਹਾਂ ਸੁਣਾਉਣਾ ਹੈ ਇਹ ਬੱਚੀ ਵੀਰੇ ਸਾਨੂੰ ਮਿਲੀ ਆ ਅਜਨੌਦ ਪਿੰਡ ਤੋਂ ਲੈ ਕੇ ਆਏ ਹੋਏ ਨੇ ਵੀਰ ਹੁਣੀ ਸਾਡੇ ਕੋਲੇ ਇੱਥੇ ਪੈਲ ਜ਼ਿਲ੍ਹੇ ਪੈਲ ਦੇ ਕੋਲੋਂ ਖੰਨੇ ਕੋਲੋਂ ਹਾਂ ਮੈਂ ਫਕਰ ਜਾਇਆ ਹੁੰਨਾ ਜੀ ਹਾਂਜੀ ਜਾਇਓ ਮਤਲਬ ਕਿ ਮੜੀ ਜੀ ਜੀ ਬਾਹਰ ਨੂੰ ਕੱਢਦੀ ਹਾਂ ਹਾਂ ਉਹੀ ਉਹੀ ਹੈ ਫਿਰ ਜੀਬ ਕੱਢਦੀ ਹੈ ਬਾਹਰ ਨੂੰ ਹਾਂਜੀ ਹਾਂਜੀ ਬਸ ਠੀਕ ਆ ਉਹੀ ਹੈ ਜੀ ਮੈਂ ਹੁਣੇ ਨਾ ਘਰੇ ਜਾ ਵੜਨਾ ਜੀ ਹਾਂ ਜਾਇਓ ਮੜਾ ਤੇ ਇਸੇ ਨੰਬਰ ਤੇ ਤੁਹਾਨੂੰ 10 ਮਿੰਟ ਚ ਕਾਲ ਕਰਦਾ ਜੀ ਤੁਸੀਂ ਇਹਨਾਂ ਦੇ ਐਮਸੀ ਦਾ ਨੰਬਰ ਵੀ ਦਿਓ ਸਾਨੂੰ ਹਾਂਜੀ ਵੀਰੇ ਤੁਹਾਡੀ ਬੱਚੀ ਗੁੰਮੀ ਹੈ ਜੀ ਕੋਈ ਵੀਰੇ ਗਰੁੱਪ ਦੇ ਵਿੱਚ ਫੋਟੋ ਪਾਈ ਹੋਈ ਹੈ ਇੱਕ ਬੱਚੀ ਦੀ ਹਾਂਜੀ ਹਾਂਜੀ ਭਾਈ ਬੱਚੀ ਨਹੀਂ ਦਿਖਾ ਦੋ ਹਾਂ ਹਾਂ ਤੁਸੀਂ ਕੀ ਲੱਗਦੇ ਉਹਨਾਂ ਦੇ ਇਹ ਆਪਣੇ ਗੁਆਂਢ ਦੇ ਨੇ ਓਕੇ ਇਹਨਾਂ ਦੇ ਘਰੇ ਜਾ ਕੇ ਗੱਲ ਕਰਾਉਂਗੇ ਜੀ ਤੁਸੀਂ ਬੱਚੀ ਦੇ ਉਹਨਾਂ ਦੀ ਗੱਲ ਮੈਂ ਤੁਹਾਨੂੰ ਸੁਣਾ ਦਿੰਦਾ ਮੈਂ ਥੋੜਾ ਜਿਹਾ ਬਾਤ ਸੀਗਾ ਤੇ ਕਿਵੇਂ ਮਿਲ ਗਈ ਵੀਰੇ ਅਸੀਂ ਮਨੁੱਖਤਾ ਦੀ ਸੇਵਾ ਤੋਂ ਬੋਲਦੇ ਹਾਂ ਵੀਰੇ ਲੁਧਿਆਣੇ ਤੋਂ ਇਹ ਬੱਚੀ ਸਾਨੂੰ ਮਿਲੀ ਆ ਇੱਥੇ ਤੁਸੀਂ ਲਾਈਵ ਦੇਖੋ ਚੱਲ ਰਿਹਾ ਬਰਾਂਡਾ ਦੇਖੋ ਉਹੀ ਬੱਚੀ ਆ ਇਹਨਾਂ ਦੇ ਘਰ ਦਾ ਨੰਬਰ ਦਿਓ ਜੀ ਇਹਨਾਂ ਦੇ ਘਰ ਦਾ ਨੰਬਰ ਹੈ ਨੀ ਮੈਂ ਥੋੜੀ ਵਾਰੀ ਮੈਂ ਘਰੇ ਜਾਂਦਾ ਹਾਂ ਘਰੇ ਗੱਲ ਕਰਾਂ ਜਾਇਓ ਮੜਾ ਜਲਦੀ ਵੀਰੇ ਵਾਹਿਗੁਰੂ ਦੀ ਮਿਹਰ ਹੋ ਗਈ ਆ ਸੱਚੇ ਪਾਤਸ਼ਾਹ ਦੀ ਕਿਰਪਾ ਘਰ ਲੱਭ ਗਿਆ ਤੇਰਾ ਬੱਧਣੀ ਬੱਧਣੀ ਨਹਿਰ ਤੇ ਹੈ ਨਾ ਹਾਂ ਦੇਖੋ ਜੀ ਰੱਬ ਰੂਪ ਬੱਚੀ ਦਾ ਘਰ ਲੱਭ ਗਿਆ ਤੁਹਾਡੀਆਂ ਦਿੱਤੀਆਂ ਦੁਆਵਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਮਿਹਰ ਕਰੀ ਵਾਹਿਗੁਰੂ ਬੱਚੀ ਨੂੰ ਘਰ ਪਹੁੰਚਾਈ ਵਾਹਿਗੁਰੂ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਉਹ ਸਾਰੀਆਂ ਅਸੀਸਾਂ ਉਹ ਦੁਆਵਾਂ ਉਹ ਮਾਵਾਂ ਦੀਆਂ ਬੱਚਿਆਂ ਦੀਆਂ ਵੀਰਾਂ ਦੀਆਂ ਬਜ਼ੁਰਗਾਂ ਦੀਆਂ ਇਸ ਤਰ੍ਹਾਂ ਕੰਮ ਕਰਦੀਆਂ ਦੇਖੋ ਹਾਂ ਵੀਰੇ ਪਹੁੰਚਿਆ ਕਿ ਨਹੀਂ ਹਾਂਜੀ ਭਾਈ ਜੀ ਪਹੁੰਚ ਗਿਆ ਕਰੇ ਉਹਨਾਂ ਨੇ ਮੈਂ ਜੀ ਉਹਦੇ ਚ ਗੱਠ ਲੈ ਕਰ ਹੈਲੋ ਹਾਂ ਪੁੱਤਰ ਇੱਥੇ ਖੜੀ ਹੋ ਇੱਥੇ ਆਏ ਭੈਣੇ ਮਾੜਾ ਖੜੀ ਹੈਲੋ ਤੁਹਾਡਾ ਵਟਸਐਪ ਕਿਹੜੇ ਨੰਬਰ ਤੇ ਚੱਲਦਾ ਇੱਕ ਮਿੰਟ ਜੀ ਇੱਕ ਮਿੰਟ ਵੀਰੇ ਚਾਨਣ ਚ ਖੜੋ ਮਾੜਾ ਜਿਹਾ ਇਹਨਾਂ ਨੂੰ ਵਟਸਐਪ ਤੇ ਉਹ ਦਿਓ ਆਪਣਾ ਬੰਦ ਕਰ ਦੇ ਇਹਨੂੰ ਤੂੰ ਰਹਿਣ ਦੇ ਇਹਨੂੰ ਉਹ ਦੇ ਨੈਟਵਰਕ ਦੇ ਭਾਈ ਦੇਖਿਓ ਤੁਸੀਂ ਬੋਲੇ ਸੋਨਿਆ ਆ ਰੇ ਗੁੱਡੀ ਆ ਰੇ ਦਿਖਾ ਰਹੇ ਉਹਨਾਂ ਨੂੰ ਗੁੱਡੀ ਦਿਖਾ ਰਹੇ ਕੱਢ ਕੇ ਆਰੇ ਕੱਢ ਕੇ ਦਿਖਾ ਰਹੇ ਗੁੱਡੀ ਆਲੇ ਗੁੱਡੀ ਦਿਖਾ ਰਹੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਨੂੰ ਸਾਡੇ ਕੋਲ ਅੱਜ ਇਹ ਭੈਣ ਦੀ ਮੰਮੀ ਆ ਭੈਣ ਦਾ ਘਰ ਲੱਭਣ ਵਾਸਤੇ ਲਾਈਵ ਹੋਏ ਸੀ ਤਾਂ ਕਮੈਂਟਾਂ ਦੇ ਵਿੱਚ ਹੀ ਲਾਈਵ ਚੱਲਦੀ ਵੀਡੀਓ ਦੇ ਵਿੱਚ ਹੀ ਨਾਲ ਆਏ ਨੇ ਬਾਈ ਹੁਣੀ ਉਹਨਾਂ ਨੇ ਕਮੈਂਟ ਦੇ ਵਿੱਚ ਦੱਸਿਆ ਵੀ ਇਹ ਸਾਡੇ ਪਿੰਡ ਦੀ ਕੁੜੀ ਆ ਤੇ ਉਹਨਾਂ ਬਾਈ ਹੁਣਾਂ ਨੇ ਘਰੇ ਜਾ ਕੇ ਪਰਿਵਾਰ ਨਾਲ ਗੱਲ ਵੀ ਕਰਾਈ ਪਿੰਡ ਬੱਧਣੀ ਤੋਂ ਪਰਿਵਾਰ ਭੈਣ ਨੂੰ ਲੈਣ ਵਾਸਤੇ ਪਹੁੰਚਿਆ ਤੁਹਾਡੀਆਂ ਅਰਦਾਸਾਂ ਦੁਆਵਾਂ ਸਦਕਾ ਵੀਡੀਓ ਸ਼ੇਅਰ ਕਰਨ ਸਦਕਾ 35-40 ਮਿੰਟ ਦੇ ਵਿੱਚ ਹੀ ਇਹਦਾ ਭੈਣ ਦਾ ਘਰ ਲੱਭ ਗਿਆ ਇਹ ਪਿੰਡ ਤੋਂ ਬਾਈ ਹੁਣੀ ਨਾਲ ਆਏ ਨੇ ਮਾਤਾ ਦੇ ਵੀਰ ਐਮ ਸੀ ਓ ਬਾਈ ਕੀ ਨਾਂ ਤੁਹਾਡਾ ਜੀ ਮੇਜਰ ਸਿੰਘ ਵੀਰੇ ਘਰੇ ਕਿਹਨਾਂ ਨੇ ਗੱਲ ਕਰਾਈ ਸੀ ਜਾ ਕੇ ਕੀ ਨਾਮ ਆ ਤੁਹਾਡਾ ਬਾਈ ਜਗਰਾਜ ਸਿੰਘ ਵੀਰ ਆਇਆ ਨਾਲ ਜਿਹਨੇ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਆ ਅਤੇ ਘਰ ਜਾ ਕੇ ਮਾਤਾ ਹੁਣਾਂ ਨਾਲ ਗੱਲ ਕਰਾਈ ਸੀ ਅਸੀਂ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਅਤੇ ਪਰਿਵਾਰ ਬੈਠਾ ਆ ਜਾਓ ਵੀਰੇ ਲੰਘੇ ਆਓ ਮਾਤਾ ਆ ਜਾਓ ਇਹ ਪਰਿਵਾਰ ਸਾਡੇ ਕੋਲ ਦੇਖੋ ਭੈਣ ਆਪਦਿਆਂ ਨੂੰ ਮਿਲ ਕੇ ਕਿੰਨੀ ਖੁਸ਼ ਆ ਇਹ ਵੀਰ ਭੈਣ ਦੇ ਚਾਚੇ ਦਾ ਪੁੱਤ ਆ ਮਾਤਾ ਦੇ ਨਾਲ ਆਇਆ ਆਪਣੀ ਭੈਣ ਨੂੰ ਲੈਣ ਵਾਸਤੇ ਇਹ ਪਰਿਵਾਰ ਆ ਜਨੌਦ ਪਿੰਡ ਤੋਂ ਜਿਹੜਾ ਇਹਨੂੰ ਭੈਣ ਨੂੰ ਸਾਡੇ ਕੋਲ ਲੈ ਕੇ ਆਇਆ ਸੀ ਵੀਰੇ ਕਿੰਨੇ ਦਿਨਾਂ ਤੋਂ ਗੁੰਮ ਆ ਭੈਣ ਇਹ 21 ਤਰੀਕ ਤੋਂ ਐਤਵਾਰ ਤੋਂ ਜੀ ਓਕੇ ਹਾਂਜੀ ਠੀਕ ਆ ਜੀ ਹਾਂਜੀ ਅੱਗੇ ਵੀ ਘਰੋਂ ਚਲੇ ਜਾਂਦੀ ਆ ਭੈਣ ਪਹਿਲੀ ਵਾਰ ਹੀ ਹੋ ਜੀ 35 ਸਾਲ ਦੀ ਉਮਰ ਹੋ ਗਈ ਪਹਿਲੀ ਵਾਰ ਹੀ ਆ ਜੀ ਠੀਕ ਆ ਜੀ ਹਾਂਜੀ ਇਹ ਬਚਪਨ ਤੋਂ ਹੀ ਇਦਾਂ ਵਾ ਇਹ ਬਚਪਨ ਤੋਂ ਹੀ ਇਦਾਂ ਜੀ ਦਵਾਈ ਚੱਲਦੀ ਆ ਵੀਰੇ ਦੀ ਕੋਈ ਨਹੀਂ ਦਵਾਈ ਨਹੀਂ ਚੱਲਦੀ ਜੀ ਬਚਪਨ ਤੋਂ ਇਦਾਂ ਕੋਈ ਦਵਾਈ ਨਹੀਂ ਮੈਡੀਸਨ ਚੱਲਦੀ ਇਹਦੀ
ਠੀਕ ਹੈ ਜੀ ਹਾਂਜੀ ਵੀਰੋਂ ਨਹੀਂ ਦੱਸਦੇ ਆ ਵੀ ਭੈਣ ਦੀ ਹਾਲਤ ਆ ਜਿਹੜੀ ਬਚਪਨ ਤੋਂ ਹੀ ਇੱਦਾਂ ਦੀ ਆ ਕਿੰਨੀ ਉਮਰ ਆ 35 ਸਾਲ ਦੀ ਹੈ 35 ਸਾਲ ਦੀ ਉਮਰ ਆ ਭੈਣ ਦੀ ਆਧਾਰ ਕਾਰਡ ਦਿਓ ਬੇਬੇ ਹੈ ਕੋਈ ਆਈਡੀ ਪਰੂਫ ਇਹਦਾ ਭੈਣ ਦਾ ਨਾਮ ਰੈਂਪੀ ਆ ਜੀ ਪਿਤਾ ਦਾ ਨਾਂ ਗੁਰਮੇਲ ਸਿੰਘ ਆ ਜੀ ਨੇੜੇ ਬਿਜਲੀ ਘਰ ਬਦਨੀ ਕਲਾਂ ਮੋਗਾ